ਬਾਲੀਵੁੱਡ ਅਤੇ ਬਾਲੀਵੁੱਡ ਐਕਟ੍ਰੈਸ ਉਪਾਸਨਾ ਸਿੰਘ ਦੀਆਂ ਲਗਾਤਾਰ ਇੰਟਰਵਿਊਜ਼ سامنے ਆ ਰਹੀਆਂ ਨੇ ਇਹ ਇੰਟਰਵਿਊਜ਼ ਬਾਈ ਜੀ ਕੁਟਿੰਗ ਦੇ ਫਿਲਮ ਦੇ ਰਿਲੇਟਿਡ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਦੌਰਾਨ ਉਪਾਸਨਾ ਸਿੰਘ ਨੂੰ ਇੱਕ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਹਰਨਾਸ ਖਰਸੰਦੂ ਦੇ ਬਿਹੇਵੀਅਰ ਬਾਰੇ ਕੀ ਕਹਿਣਾ ਹੈ ਜੇ 스타 ਜਵਾਬ ਦਿੰਦੇ ਵਕਤ ਉਪਾਸਨਾ ਸਿੰਘ ਪਹਿਲਾਂ ਤਾਂ ਕੁਝ ਭਾਵਕ ਹੁੰਦੀ ਹੈ ਐਂਡ ਬਾਅਦ ਵਿੱਚ ਕੁਝ ਗੁੱਸਾ ਵੀ ਕਰਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਉਪਾਸਨਾ ਸਿੰਘ ਇਸ ਸਵਾਲ ਦਾ ਜਵਾਬ ਹਰੇਕ ਇੰਟਰਵਿਊਅਰ ਨੂੰ ਕੀ ਦਿੰਦੀ ਹੈ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ so that you can get fresh notifications of this channel ਉਪਾਸਨਾ ਸਿੰਘ ਕਹਿੰਦੀ ਹੈ ਕਿ ਉਸ ਦਾ ਦਿਲ ਬਹੁਤ ਹੀ ਦੁਖਦਾ ਹੈ ਕਿਉਂਕਿ ਹਰਨਾਜ਼ ਕੌਰ ਸੰਧੂ ਨੂੰ ਉਹ ਆਪਣੀ ਧੀ ਦੀ ਤਰ੍ਹਾਂ ਮੰਨਦੀ ਸੀ ਐਂਡ ਹਰਨਾਜ਼ ਕੌਰ ਸੰਧੂ ਨੂੰ ਉਸ ਨੇ ਆਪਣੇ ਘਰੇ ਵੀ ਰੱਖਿਆ ਉਪਾਸਨਾ ਸਿੰਘ ਨੇ ਕਿਹਾ ਕਿ ਮੈਂ ਹਰਨਾਜ਼ ਕੌਰ ਸੰਧੂ ਨੂੰ ਇਸ ਫਿਲਮ ਦੇ ਵਿੱਚ ਲੀਡ ਰੋਲ ਪਲੇ ਕਰਨ ਦਾ ਮੌਕਾ ਦਿੱਤਾ ਸੋ ਦੈਟ ਉਸ ਦਾ ਟੈਲੈਂਟ ਦੁਨੀਆ ਦੇ ਸਾਹਮਣੇ ਲੈ ਕੇ ਆ ਸਕੇ ਇਹ ਟਾਈਮ ਉਸ ਦਾ ਸਟਰਗਲ ਡੇਸ ਦਾ ਸੀ ਜਾਦੇ ਉਸ ਨੂੰ ਬਹੁਤ ਸਾਰੇ ਲੋਕ ਨਹੀਂ ਸੰਝਾਂਦੇ ਬਟ ਫਿਰ ਵੀ ਉਸਨੇ ਹਰਨਾਜ਼ ਕੌਰ ਸੰਧੂ ਨੂੰ ਇੰਡਸਟਰੀ ਦੇ ਵਿੱਚ ਲਿਆਉਣ ਲਈ ਕਾਫੀ ਵੱਡਾ ਰਿਸਕ ਲਿਆ। ਉਸਨੇ ਵੀ ਦੱਸਿਆ ਕਿ ਜਦ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣੀ ਸੀ ਤਾਂ ਉਹ ਬਹੁਤ ਹੀ ਜਿਆਦਾ ਖੁਸ਼ ਸਨ। ਤੇ ਉਹ ਆਪਣੇ ਫਰੈਂਡਸ ਅਤੇ ਰਿਲੇਟਿਵਸ ਨੂੰ ਪਾਰਟੀਆਂ ਦੇ ਰਹੇ ਸਨ। ਉੱਥੇ ਹੀ ਉਹਨਾਂ ਦਾ ਬੇਟਾ ਵੀ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਨਿਆ ਦੇਖ ਕੇ ਪਾਰਟੀਆਂ ਦੇ ਰਿਹਾ ਸੀ। ਬਟ ਹਰਨਾਜ਼ ਕੌਰ ਸੰਧੂ ਨੇ ਉਹਨਾਂ ਨੂੰ ਬਹੁਤ ਹੀ ਜਲਦ ਭੁਲਾ ਦਿੱਤਾ। ਇਵਨ ਉਹਨਾਂ ਦੀ ਫਿਲਮ ਬਾਈ ਜੀ ਕੁੱਟਣਗੇ ਦੀ ਪ੍ਰੋਮੋਸ਼ਨ ਵੀ ਨਹੀਂ ਕੀਤੀ ਤੇ ਨਾ ਹੀ ਉਸ ਸੰਬੰਧੀ ਹਾਲੇ ਤੱਕ ਉਸਨੇ ਕੋਈ ਰਿਪਲਾਈ ਕੀਤਾ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਪਾਸਨਾ ਸਿੰਘ ਨੇ ਕੋਰਟ ਦਾ ਸਹਾਰਾ ਵੀ ਲਿਆ ਬਟ ਫਿਰ ਵਿਹਰਨਾਸ ਕੌਰ ਸੰਧੂ ਵੱਲੋਂ ਕੋਈ ਵੀ ਰਿਪਲਾਈ ਸਾਹਮਣੇ ਨਹੀਂ ਆਇਆ ਮਿਸ ਯੂਨੀਵਰਸ ਬਣ ਤੋਂ ਬਾਅਦ ਹਰਨਾਸ ਕੌਰ ਸੰਧੂ ਨੇ ਕਦੇ ਵੀ ਉਪਾਸਨਾ ਸਿੰਘ ਤੇ ਉਸ ਦੀ ਫੈਮਲੀ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਐਗਰੀਮੈਂਟਸ ਦੇ ਅਨੁਸਾਰ ਇਸ ਫਿਲਮ ਦੀ ਪ੍ਰੋਮੋਸ਼ਨ ਕੀਤੀ ਹੈ ਜਿਸ ਤੋਂ ਬਾਅਦ ਉਪਾਸਨਾ ਸਿੰਘ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਹੈ ਉਪਾਸਨਾ ਸਿੰਘ ਨੇ ਕਿਹਾ ਕਦੇ ਵੀ ਕਿਸੇ ਦੀ ਵੀ ਲਾਈਫ ਵਿੱਚ ਇਸ ਤਰ੍ਹਾਂ ਦੀ ਲੜਕੀ ਨਹੀਂ ਆਉਣੀ ਚਾਹੀਦੀ ਜੋ ਕਿ ਉਹਨਾਂ ਨੂੰ ਬਰਬਾਦ ਕਰਕੇ ਰੱਖਦੇਵੇ ਗੱਲ ਤੁਸੀਂ ਹਰਨਾਜ਼ कौर ਸੰਧੂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ